ਬੜੇ ਗੀਤਾਂ ਨੂੰ ਆਪਾਂ ਗਾਉਣ ਵਾਲਿਆਂ ਨੂੰ ਪ੍ਰਮੋਟ ਕਰਦੇ ਆ, ਗਾਉਣ ਵਾਲਿਆਂ ਨੇ ਸਾਨੂੰ ਕੀ ਦਿੱਤਾ, ਸਾਡੀ ਝੋਲੀ ਨੌਜਵਾਨਾਂ ਨੂੰ ਕੀ ਬਖਸ਼ਿਆ ਜੀ, ਆ ਸੁਣਿਓ ਗਾਇਕਾਂ ਦੀ ਬਖਸ਼ਿਸ਼ ਕੀ ਹੈ, ਗਾਇਕਾਂ ਨੇ ਕੀ ਕਿਰਪਾ ਕੀਤੀ, ਮਾੜਾ ਗੰਦਮੰਦ ਗਾਉਣ ਵਾਲਿਆਂ ਨੇ ਨੌਜਵਾਨਾਂ ਤੇ ਕੀ ਕਿਰਪਾ ਕੀਤੀ, ਨਸ਼ਿਆਂ ਨੂੰ ਪ੍ਰਮੋਟ ਕੀਤਾ, ਪੈਗ ਲਾ ਕੇ ਗਾਉਣ ਦੀਆਂ ਗੱਲਾਂ ਕਰਨਗੇ, ਮਾੜਿਆਂ ਗਾਇਕਾਂ ਨੇ ਨੌਜਵਾਨੀ ਦਾ ਬੇੜਾ ਭਾਤਾ, ਇਹਨਾਂ ਨੇ ਕੀ ਕਿਰਪਾ ਕੀਤੀ ਹੈ, ਗਾਇਕਾਂ ਨੇ ਇਹਨਾਂ ਨੇ ਨਸ਼ੇ ਪ੍ਰਮੋਟ ਕੀਤੇ, ਇਹਨਾਂ ਨੇ ਦੁਨਾਲੀਆਂ ਦੀਆਂ ਗੱਲਾਂ ਕਰਕੇ, ਹਾਕੀਆਂ ਦੀਆਂ ਗੱਲਾਂ ਕਰਕੇ ਜੀਪਾਂ ਦੇ ਉੱਤੇ ਚਾੜ੍ਹਦੇ ਮੁੰਡੇ ਸਾਡੇ ਤੁਰੇ ਫਿਰਦੇ ਨੇ ਹਾਕੀਆਂ ਲੈ ਕੇ ਹੱਥਾਂ ਚ। ਅੱਛਾ, ਇਹਨਾਂ ਗਾਇਕਾਂ ਨੇ ਸ਼ਰਾਬ ਦੀਆਂ ਬੋਤਲਾਂ ਹੱਥਾਂ ਚ ਫੜ ਫੜ ਕੇ ਗਾਇਆ, ਇਹਨਾਂ ਗਾਇਕਾਂ ਨੇ ਧੀਆਂ ਭੈਣਾਂ ਦੀਆਂ ਗੱਲਾਂ ਕੀਤੀਆਂ, ਅਸ਼ਲੀਲਤਾ ਫੈਲਾਈ, ਅਸ਼ਲੀਲਤਾ ਫੈਲਾਈ, ਹਰ ਮਾਫ ਕਰਨਾ ਲਫ਼ਜ਼ ਕਹਿਣਾ ਪੈਂਦਾ, ਅੰਗਾਂ ਤੇ ਗੀਤ ਬਣਾ ਬਣਾ ਕੇ ਗਾਏ, ਧੀਆਂ ਭੈਣਾਂ ਦੀਆਂ ਸਾਡੀਆਂ ਹੀ ਧੀਆਂ ਭੈਣਾਂ ਸਾਡੀਆਂ ਹੀ ਬੱਚੀਆਂ ਕਾਲਜਾਂ ਚ ਪੜ੍ਹਨ ਜਾਂਦੀਆਂ ਨੇ, ਬਗਾਨੀਆਂ ਨੇ, ਜੇ ਉਹ ਬੰਦਾ ਕਾਹਦਾ ਜਿਹੜਾ ਦੂਜਿਆਂ ਨੂੰ ਬਗਾਨੀਆਂ ਸਮਝਦਾ, ਸਾਰੀਆਂ ਹੀ ਸਾਡੀਆਂ ਧੀਆਂ ਭੈਣਾਂ ਪੜ੍ਹਨ ਜਾਂਦੀਆਂ ਨੇ ਕਾਲਜਾਂ ਸਕੂਲਾਂ ਚ, ਕਾਲਜਾਂ ਵਿੱਚ ਸਾਡੀਆਂ ਬੱਚੀਆਂ ਪੜ੍ਹਦੀਆਂ ਨੇ, ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ, ਜਿਹੜੀਆਂ ਕੱਲ੍ਹ ਨਿੱਕੀਆਂ ਨਿੱਕੀਆਂ ਬੱਚੀਆਂ ਚੁੱਕੀ ਫਿਰਦੇ ਆ, ਕੱਲ੍ਹ ਇਹਨਾਂ ਨੇ ਵੀ ਪੜ੍ਹਨ ਜਾਣਾ ਹੈ, ਹਰੇਕ ਦਾ ਗੀਤ ਬਣਾਇਆ, ਇਹਨਾਂ ਨੇ ਸਾਡੀ ਝੋਲੀ 'ਚ ਕੀ ਪਾਇਆ, ਇਹਨਾਂ ਨੇ ਆਹ ਗੰਦਮੰਦ ਪਾਇਆ, ਸ਼ਰਾਬਾਂ ਪਾਈਆਂ, ਨਸ਼ੇ ਪਾਏ, ਲੱਚਰਵਾਦ ਪਾਇਆ, ਅਸ਼ਲੀਲਤਾ ਪਾਈ, ਤੇ ਆਪਾਂ ਇਹਨਾਂ ਦੀਆਂ ਝੋਲੀਆਂ ਵਿੱਚ ਨੋਟ ਹੀ ਨੋਟ ਪਾ ਕੇ ਇੰਨੇ ਅਮੀਰ ਕਰਤੇ, ਆਪਾਂ ਵੇਖੋ ਆਪਾਂ ਕੀ ਪਾਇਆ, ਪੰਜਾਬ ਨੇ ਇਹਨਾਂ ਨੂੰ ਕੀ ਦਿੱਤਾ, ਇਹਨਾਂ ਨੇ ਪੰਜਾਬ ਨੂੰ ਕੀ ਦਿੱਤਾ, ਵਾਪਸ ਮੋੜ ਕੇ ਕਦੇ ਸੋਚੋਗੇ, ਪੰਜਾਬ ਨੇ ਇਹਨਾਂ ਨੂੰ ਕੀ ਦਿੱਤਾ, ਇਹਨਾਂ ਨੇ ਪੰਜਾਬ ਨੂੰ ਵਾਪਸ ਕੀ ਦਿੱਤਾ, ਕਦੇ ਸੋਚੋ, ਮੋੜ ਕੇ ਕੀ ਦਿੱਤਾ ਸਾਨੂੰ, ਕੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਪਿਆਰ ਪਾ ਦਿੱਤਾ ਸਾਡਾ, ਕੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਯਾਦ ਆਈ ਸਾਨੂੰ, ਸਾਨੂੰ ਕੀ ਸਿਖਾ ਦਿੱਤਾ, ਕੀ ਪੜ੍ਹਾ ਦਿੱਤਾ, ਪੱਟੀ ਕੀ ਪੜ੍ਹਾ ਦਿੱਤੀ, ਅਸੀਂ ਕਦੇ ਸੋਚਿਆ ਹੀ ਨਹੀਂ, ਤੇ ਆਪਾਂ ਇਹਨਾਂ ਨੂੰ ਇੰਨਾ ਪੈਸਾ ਦਿੱਤਾ, ਇਹਨਾਂ ਦੀਆਂ ਝੋਲੀਆਂ ਭਰਤੀਆਂ, ਇਹਨਾਂ ਨੇ ਪੰਜਾਬ ਦੀ ਝੋਲੀ ਕਾਹਦੇ ਨਾਲ ਭਰੀ, ਇਹਨਾਂ ਦਾ ਗੰਦ ਬਹੁਤ ਮਹਿੰਗਾ ਵਿਕਿਆ, ਆਖੋ ਸਤਨਾਮ, ਇਹਨਾਂ ਦਾ ਗੰਦ ਬਹੁਤ ਮਹਿੰਗਾ ਵਿਕਿਆ, ਖਰੀਦਦਾਰ ਬਹੁਤ ਸੀ ਇੱਥੇ, ਲੱਚਰਵਾਦ ਬਹੁਤ ਮਹਿੰਗਾ ਵਿਕਿਆ, ਗੰਦਮੰਦੀ ਸੀ ਬਹੁਤ ਮਹਿੰਗਾ ਵੇਚ ਗਏ ਇਹ ਬੰਦੇ, ਆਪਾਂ ਕਦੇ ਇਸ ਗੱਲ ਨੂੰ ਸੋਚਦੇ ਨਹੀਂ, ਭੋਲੇ ਸੀ ਸਿਆਣੇ ਕੋਲ ਵੇਚ ਕੇ ਵਿਖਾ ਸਵਾਦ, ਫੇਰ ਹੈ ਆ ਗੁਰੂ ਦਾ ਸਿੱਖ ਜਿਹੜਾ ਗੁਰੂ ਨਾਨਕ ਨੂੰ ਸੁਣਨ ਵਾਲਾ ਹੈ, ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਸੁਣਨ ਵਾਲਾ ਹੈ, ਜਿਹੜਾ ਕਲਗੀਧਰ ਨੂੰ ਰੋਜ਼ ਸੁਣਦਾ ਹੈ, ਉਹਨੂੰ ਕੁਝ ਸੜਾ ਸਵਾਦ, ਫੇਰ ਹੈ ਆਖੋ ਸਤਨਾਮ, ਵਾਹ ਵੇਖੋ ਮੈਂ ਅੱਜ ਨਾ ਦਿਨੇ